ਬਹਿਬਲ ਗੋਲੀਕਾਂਡ 'ਚ ਦੋਸ਼ੀ ਦੱਸੇ ਜਾ ਰਹੇ ਤਤਕਾਲੀਨ ਆਈਜੀ ਪਰਮਰਾਜ ਸਿੰਘ ਉਮਰਾ ਨੰਗਲ ਨੂੰ ਐਸਆਈਟੀ ਦੇ ਵੱਲੋਂ ਬਣਾਈ ਗਈ ਟੀਮ ਨੇ ਚੰਡੀਗੜ੍ਹ 'ਚ ਗ੍ਰਿਫਤਾਰ ਕਰਨ ਤੋਂ ਬਾਅਦ ਫਰੀਦਕੋਟ ਲਿਆਂਦਾ, ਜਿੱਥੇ ਕਿ ਉਹਨਾਂ ਦਾ ਮੈਡੀਕਲ ਕਰਵਾਇਆ ਗਿਆ। ਇਸ ਮੌਕੇ 'ਤੇ ਐਸਆਈਟੀ ਦੇ ਆਈਜੀ ਕੋਵਰ ਵਿਜੇ ਪ੍ਰਤਾਪ ਸਿੰਘ ਨੇ ਦੱਸਿਆ ਕਿ ਉਹਨਾਂ ਬਹਿਬਲ ਗੋਲੀਕਾਂਡ 'ਚ ਕਈ ਪੁਲਿਸ ਅਫਸਰਾਂ ਤੋਂ ਪੁੱਛਗਿੱਛ ਕੀਤੀ ਹੈ ਅਤੇ 27 ਤਰੀਕ ਨੂੰ ਚਰਨਜੀਤ ਸ਼ਰਮਾ ਦੀ ਗ੍ਰਿਫਤਾਰੀ ਵੀ ਹੋਈ ਸੀ। ਉਹਨਾਂ ਨੇ ਦੱਸਿਆ ਕਿ ਲੁਧਿਆਣਾ ਦੇ ਆਈਜੀ ਉਮਰਾ ਨੰਗਲ, ਜੋ ਕਿ ਟੀਮ ਦੇ ਨਾਲ ਕੋਟਕਪੁਰਾ ਪੁੱਜੇ ਸਨ, ਉਹਨਾਂ ਨੂੰ ਦੋ ਵਾਰ ਪੁੱਛਗਿੱਛ ਦੇ ਲਈ ਬੁਲਾਇਆ ਗਿਆ ਸੀ। ਉਹਨਾਂ ਨੇ ਦੱਸਿਆ ਕਿ ਉਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਉਹਨਾਂ ਨੂੰ ਮਾਨਯੋਗ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਈ ਗਈ ਸੀ, ਤਕਰੀਬਨ 4 ਮਹੀਨੇ ਤੋਂ ਜ਼ਿਆਦਾ ਹੋ ਗਿਆ ਸੀ ਅਤੇ ਤਫਤੀਸ਼ ਚੱਲਦੀ ਰਹੀ ਹੈ ਅਤੇ ਸਟੈਪ ਬਾਈ ਸਟੈਪ ਜੋ ਪ੍ਰੋਗਰੈਸ ਹੋਇਆ ਹੈ ਉਸ ਦੇ ਬਾਰੇ ਤੁਹਾਨੂੰ ਅਸੀਂ ਦੱਸਦੇ ਰਹੇ। ਤਾਂ ਇਸ ਤੋਂ ਪਹਿਲਾਂ ਚਰਨਜੀਤ ਸਿੰਘ ਸ਼ਰਮਾ ਦੀ ਗ੍ਰਿਫਤਾਰੀ ਹੋਈ ਸੀਗੀ 27 ਜਨਵਰੀ ਨੂੰ ਅਤੇ ਅੱਜ ਪਰਮਰਾਜ ਸਿੰਘ ਜੀ ਦੀ ਗ੍ਰਿਫਤਾਰੀ ਹੋਈ ਹੈ। ਇਸ ਸੰਬੰਧ ਦੇ ਵਿੱਚ ਮੈਂ ਸਿਰਫ ਅੱਜ ਇਹੀ ਕਹਿਣਾ ਚਾਹੁੰਦਾ ਹਾਂ ਕਿ ਜਦੋਂ ਕਿਸੇ ਦੀ ਗ੍ਰਿਫਤਾਰੀ ਹੁੰਦੀ ਹੈ ਤਾਂ ਉਸ ਦੇ ਖਿਲਾਫ ਐਵੀਡੈਂਸ ਸਫੀਸ਼ੀਐਂਟ ਹੁੰਦਾ ਹੈ ਤਾਂ ਹੀ ਗ੍ਰਿਫਤਾਰੀ ਹੁੰਦੀ ਹੈ। ਜੋ ਫਾਇਰਿੰਗ ਬਹਿਬਲ ਕਲਾਂ ਦੇ ਵਿੱਚ ਹੋਈ ਸੀ, ਜੋ ਫਾਇਰਿੰਗ ਕੋਟਕਪੂਰਾ ਦੇ ਵਿੱਚ ਹੋਈ ਸੀ, ਉਸ ਸੰਬੰਧ ਦੇ ਵਿੱਚ ਇਹ ਸਾਬਿਤ ਹੋ ਗਿਆ ਹੈ ਕਿ ਜੋ ਅਫਸਰ ਉੱਥੇ ਮੌਕੇ 'ਤੇ ਸੀਗੇ ਉਹਨਾਂ ਦਾ ਰੋਲ ਸੀ। ਅਤੇ ਇਸ ਸੰਬੰਧ ਦੇ ਵਿੱਚ ਸਾਰੇ ਅਫਸਰਾਂ ਦੇ ਨਾਲ ਅਸੀਂ ਪੁੱਛਗਿੱਛ ਕੀਤੀ। ਹਾਲ ਫਿਲਹਾਲ ਵੀ 12 ਫਰਵਰੀ ਨੂੰ ਪੁੱਛਗਿੱਛ ਹੋਈ ਸੀਗੀ, ਉਹਦੇ ਵਿੱਚ ਇਕੱਠੇ ਕਈ ਅਫਸਰਾਂ ਨੂੰ ਅਸੀਂ ਬੁਲਾਏ ਸੀ। ਅਤੇ ਇਸ ਤੋਂ ਇਲਾਵਾ ਜੋ ਬਾਕੀ ਅਫਸਰ ਸੀਗੇ ਉਹਨਾਂ ਦੇ ਨਾਲ ਵੀ ਗੱਲਬਾਤ ਹੋਈ ਹੈ ਅਤੇ ਜੋ ਵਿਸ਼ੇਸ਼ ਗੱਲ ਇਹਨਾਂ ਦੇ ਖਿਲਾਫ ਆਈ ਹੈ ਕਿ ਇਹਨਾਂ ਦੀ ਪੋਸਟਿੰਗ ਲੁਧਿਆਣਾ ਸੀਗੀ, ਇਹ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸੀਗੇ, ਇੱਥੇ ਆਏ ਸੀਗੇ। ਪਹਿਲਾਂ ਇਹਨਾਂ ਨੇ ਇਹ ਕਿਹਾ ਸੀ ਕਿ ਮੈਂ ਤਾਂ ਜੀ ਸਿਰਫ ਗੱਲਬਾਤ ਕਰਨ ਵਾਸਤੇ, ਨੀਗੋਸ਼ੀਏਸ਼ਨ ਵਾਸਤੇ ਆਇਆ ਸੀ, ਲੇਕਿਨ ਜਦੋਂ ਇਹ ਸਾਬਿਤ ਹੋ ਗਿਆ ਕਿ ਨਹੀਂ, ਇਹਨਾਂ ਨੇ ਨੀਗੋਸ਼ੀਏਸ਼ਨ ਤੋਂ ਇਲਾਵਾ ਬਹੁਤ ਸਾਰੇ ਸਾਰਾ ਕੰਮ ਇਹਨਾਂ ਨੇ ਕੀਤਾ। ਉੱਥੋਂ ਫੋਰਸ ਆਈ ਸੀਗੀ, ਫੋਰਸ ਜੋ ਜ਼ਿਆਦਾ ਇੱਥੇ ਫੋਰਸ ਦਾ ਇਸਤੇਮਾਲ ਹੋਇਆ ਸੀ ਉਹ ਲੁਧਿਆਣਾ ਦੀ ਫੋਰਸ ਸੀਗੀ। ਇਸ ਕਰਕੇ ਇਹਨਾਂ ਦੇ ਖਿਲਾਫ ਕਾਫੀ ਕੁਛ ਐਵੀਡੈਂਸ ਆ ਗਿਆ। ਐਵੀਡੈਂਸ ਆਉਣ ਤੋਂ ਬਾਅਦ ਇਹਨਾਂ ਦੀ ਗ੍ਰਿਫਤਾਰੀ ਅਮਲ ਦੇ ਵਿੱਚ ਲਿਆਂਦੀ ਗਈ। ਬਿਊਰੋ ਰਿਪੋਰਟ, ਦਾ ਟੀਵੀ, NRI।